ਇਸ ਪਿੰਡ ਦਾ ਨਾਂ ਕੀ ਹੈ ਜੀ? ਚੱਕ 95। ਚੱਕ 95, ਥੋੜਾ ਉੱਚੇ ਬੋਲ ਜੀ। 95 ਚੱਕ 95। 95 ਇੱਥੇ ਕਿਹੜੀ ਬਰਾਦਰੀ ਜਿਹੜੀ ਸਭ ਤੋਂ ਜ਼ਿਆਦਾ ਬੈਠੀ ਹੈ? ਜ਼ਿਆਦਾ ਵੱਟੂ ਬਰਾਦਰੀ। ਵੱਟੂ ਬਰਾਦਰੀ ਬੈਠੀ ਪੰਜਾਬੀਆਂ ਦੀ ਸ਼ਾਨ ਵੱਖਰੀ। ਸੱਜਣੋ ਤੇ ਮਿੱਤਰੋ, ਜਿੱਥੇ ਸਨ 47 ਦੀਆਂ ਵੰਡਾਂ ਨੇ ਬਹੁਤ ਸਾਰੇ ਹੱਸਦੇ ਵਸਦੇ ਘਰ ਉਜਾੜ ਦਿੱਤੇ, ਉੱਥੇ ਪੰਜਾਬ ਦੀਆਂ ਵੰਡਾਂ ਨੇ ਬਹੁਤ ਸਾਰੇ ਬਾਲ ਮਾਪਿਆਂ ਕੋਲੋਂ ਵੱਖ ਕਰ ਲਏ ਤੇ ਬਹੁਤ ਸਾਰੇ ਮਾਪੇ ਜਵਾਨ ਧੀਆਂ ਤੋਂ ਹੱਥ ਧੋ ਬੈਠੇ। ਸਿਰਫ ਇਹੋ ਹੀ ਨਹੀਂ, ਮੁਸਲਮਾਨ, ਸਿੱਖ ਤੇ ਹਿੰਦੂ ਆਪਣੇ ਆਪਣੇ ਧਾਰਮਿਕ ਥਾਵਾਂ, ਮਸਜਿਦਾਂ, ਗੁਰਦੁਆਰੇ ਤੇ ਮੰਦਰ ਵੀ ਗਵਾ ਬੈਠੇ। ਸਨ 47 ਦੀ ਵੰਡ ਨੇ ਬਹੁਤ ਸਾਰੇ ਗੱਭਰੂਆਂ ਦਾ ਲਹੂ ਪੀਤਾ ਹੈ, ਤਾਂ ਜਾ ਕੇ ਨਵੇਂ ਘਰ, ਨਵੀਆਂ ਹਵੇਲੀਆਂ ਤੇ ਨਵੇਂ ਪਿੰਡ ਤੇ ਨਵੇਂ ਰਕਬੇ ਮਿਲੇ। ਮਿੱਤਰੋ, ਅੱਜ ਅਸੀਂ ਆਪਣਿਆਂ ਲਹਿੰਦੇ ਪੰਜਾਬ, ਜ਼ਿਲ੍ਹਾ ਪਾਕਪਤਨ ਤੇ ਤਹਿਸੀਲ ਆਰਫ ਵਾਲੇ ਦੇ ਇੱਕ ਛੋਟੇ ਜਿਹੇ ਪਿੰਡ ਚੱਕ ਨੰਬਰ 95EB ਦੇ ਵਿੱਚ, 95EB ਮਹਾਜਰਾਂ ਦਾ ਪਿੰਡ ਏ, ਇਸ ਦੀ ਅੱਜ ਤੁਸੀਂ ਵੀਡੀਓ ਵੇਖ ਰਹੇ ਹੋ। ਔਰ ਇਸ ਪਿੰਡ ਦੇ ਲੋਕ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਖਤਲਿਫ ਪਿੰਡਾਂ ਨੂੰ ਹਮੇਸ਼ਾ ਵਾਸਤੇ ਵਿਦਿਆ ਕਰਕੇ ਇਸ ਪਿੰਡ ਵਿੱਚ ਆ ਵਸੇ ਨੇ। ਇਹ ਪਿੰਡ ਬਹੁਤ ਸਾਰੀਆਂ ਦਾਸਤਾਨਾਂ ਦਾ ਅਮੀਨ ਏ। ਇਸ ਦੇ ਵਿੱਚ ਵਸਣ ਵਾਲੇ, ਖਾਓ ਵੱਟੂ ਹੋਣ, ਬਾਜਵੇ ਹੋਣ ਜਾਂ ਸੁਖੇਰੇ ਹੋਣ, ਸਾਰਿਆਂ ਦੇ ਵੜਕੇ ਆਪਣਾ ਆਪਣਾ ਘਰ ਬਾਰ ਛੱਡ ਕੇ ਇਸ ਪਿੰਡ ਵਿੱਚ ਆ ਕੇ ਆਪਣੀ ਨਵੀਂ ਦੁਨੀਆ ਵਸਾਉਣ ਵਾਸਤੇ ਫਿਰ ਇੱਕ ਵਾਰੀ ਉਸੇ ਪਿਆਰ ਮੁਹੱਬਤ ਨਾਲ ਤੇ ਮਿਹਨਤ ਸ਼ਫਕਤ ਨਾਲ ਆਪਣੀ ਧਰਤੀ ਨਾਲ ਪਿਆਰ ਕਰਨ ਲੱਗ ਪਏ ਨੇ। ਅੱਜ ਇਹ ਪਿੰਡ ਤਰੱਕੀ ਯਾਫਤਾ ਪਿੰਡਾਂ ਵਿੱਚੋਂ ਇੱਕ ਪਿੰਡ ਬਣ ਚੁੱਕਿਆ ਹੈ। ਮੇਰੀ ਦੁਆ ਹੈ ਅੱਲਾ ਤਾਲਾ ਇਹਨੂੰ ਇਸੇ ਤਰ੍ਹਾਂ ਹੱਸਦਾ ਵਸਦਾ ਰੱਖੇ। ਇਸ ਪਿੰਡ ਦੇ ਸਾਰੇ ਵਾਸੀ, ਖਾਓ ਗਰੀਬ ਨੇ, ਖਾਓ ਅਮੀਰ ਨੇ, ਖਾਓ ਬੇਘਰ ਨੇ, ਖਾਓ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨੇ, ਦੀਨ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਇਸ ਗੱਲ ਦੀ ਅਲਾਮਤ ਇਹਨਾਂ ਦੇ ਪਿੰਡ ਦੇ ਵਿੱਚ ਬਣੀਆਂ ਹੋਈਆਂ ਮਸਜਿਦਾਂ ਨੇ। ਇਹਨਾਂ ਮਸਜਿਦਾਂ ਦੀ ਖੂਬਸੂਰਤੀ ਦੱਸਦੀ ਪਈ ਹੈ ਕਿ ਇਸ ਪਿੰਡ ਦੇ ਵਾਸੀ ਕਿੰਨੇ ਆਪਣੇ ਦੀਨ ਨਾਲ, ਆਪਣੇ ਪਿਆਰੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਾਲਿ ਵਸੱਲਮ ਨਾਲ ਪਿਆਰ ਕਰਦੇ ਨੇ। ਅੱਲਾਹ ਤਾਲਾ ਇਹਨਾਂ ਦਾ ਪਿਆਰ, ਇਹਨਾਂ ਦੀ ਇਹ ਦੀਨ ਨਾਲ ਮੁਹੱਬਤ ਸਦਾ ਕਾਇਮ ਰੱਖੇ। ਆਮੀਨ ਸੁਮਾ ਆਮੀਨ। ਮਿੱਤਰੋ, ਆਓ ਹੁਣ ਪਿੰਡ ਦੇ ਚੰਦ ਵਾਸੀਆਂ ਨਾਲ ਗੱਲਾਂ ਬਾਤਾਂ ਕਰਨੇ ਆ ਤੇ ਪਿੰਡ ਦੇ ਬਾਰੇ ਮਾਲੂਮਾਤ ਹਾਸਲ ਕਰਨੇ ਆ। 95 ਇੱਥੇ ਕਿਹੜੀ ਬਰਾਦਰੀ ਜਿਹੜੀ ਸਭ ਤੋਂ ਜ਼ਿਆਦਾ ਬੈਠੀ ਹੈ? ਜ਼ਿਆਦਾ ਵੱਟੂ ਬਰਾਦਰੀ। ਵੱਟੂ ਬਰਾਦਰੀ ਬੈਠੀ। ਜ਼ਿਮੀਦਾਰ ਤਬਕਾ ਵੀ ਵੱਟੂ ਨੇ? ਹਾਂ ਵੱਟੂ। ਵੱਡਾ ਕੁਝ ਜ਼ਿਮੀਦਾਰ ਇੱਥੋਂ ਦਾ ਕੀ ਨਾਂ? ਵੱਡਾ ਜ਼ਿਮੀਦਾਰ ਸਾਡੀ ਉੱਥੇ ਹੈਗਾ ਆਪਣਾ ਅਮੀਨ ਸਖੀ ਦਾ ਹੈ। ਅੱਛਾ ਜੀ। ਜਾਂ ਅਸਲਾ ਮੈਂਬਰ ਹੈ। ਅਸਲਾ ਮੈਂਬਰ ਹੈ। ਨੰਬਰਦਾਰ ਕੌਣ ਹੈ? ਨੰਬਰਦਾਰ ਹੈ ਸਾਡੇ ਪਿੰਡ ਦਾ, ਜਿਹੜਾ ਅਸਲਾ ਮੈਂਬਰ ਹੀ ਹੁਣ ਨੰਬਰਦਾਰ ਹੈ। ਅਸਲ ਤਾਂ ਉਸਕੇ ਮੈਂਬਰ ਵੀ ਤੇ ਨੰਬਰਦਾਰ ਵੀ। ਨੰਬਰਦਾਰ ਵੀ ਹੋਈ ਹੈ। ਸਹੀ ਜੀ। ਇੱਕ ਸਲੀਮ ਲੰਬਰਦਾਰ ਮੌਲੀ ਮੁਸਾਕ ਦਾ ਬੇਟਾ, ਉਹ ਵਿਚਾਲੇ ਫੌਤ ਹੋ ਗਿਆ, ਉਹਦਾ ਬੇਟਾ ਹੁਣ ਲੰਬਰਦਾਰ ਹੈ। ਬੇਟਾ ਨੰਬਰਦਾਰ। ਇਹ ਜਿਹੜੀ ਆ ਹੁਣ ਸੜਕਾਂ ਬਣੀਆਂ ਨੇ ਇਹ ਹੁਣ ਬਣੀਆਂ ਨੇ? ਹਾਂਜੀ, ਆ ਕੱਲ ਮੁਕੰਮਲ ਕਰ ਗਿਆ। ਇਹ ਕਿੰਨੇ ਬਣਾਈਆਂ ਨੇ? ਇਹ ਜੀ ਕੋਟਾ ਰਾਣੇ ਜ਼ਾਹਿਦ ਦਾ ਫਿਰ ਹਕੂਮਤ ਦੀ ਤਰਫੋਂ ਹੀ ਆਇਆ। ਰਾਣਾ ਜ਼ਾਹਿਦ ਕਿਹਨੇ ਬਣਵਾਇਆ? ਰਾਣਾ ਜ਼ਾਹਿਦ। ਅੱਛਾ, ਉਹ ਰਾਣਾ ਇਰਾਦਤ ਸ਼ਰੀਫ ਜਿਹੜਾ MNA ਆਪਣਾ, ਠੀਕ ਹੋ ਗਿਆ। ਤੇ ਇੱਥੇ ਮਸੀਤਾਂ ਕਿੰਨੀਆਂ ਨੇ ਆਪਣੇ ਪਿੰਡ ਦੇ ਵਿੱਚ? ਇੱਥੇ ਸਾਪੇ ਦੇ 2 ਨੇ। ਅੱਛਾ ਜੀ। ਚਲੋ ਮਾਸ਼ਾਅੱਲਾ। ਇਹ ਮਹਾਜਰਾਂ ਦਾ ਪਿੰਡ? ਮਹਾਜਰਾਂ ਦਾ। ਇਹ ਕਿੱਥੋਂ ਉੱਠ ਕੇ ਆਏ ਲੋਕ? ਇਹ ਪਿੱਛੋਂ ਵੀ ਆਏ ਨੇ। ਪਿਛੋਕੜ ਪਿੰਡ ਕਿਹੜਾ? ਪਿੰਡ ਅਸੀਂ ਰਾਣੀ ਵਾਲਾ। ਰਾਣੀ ਵਾਲਾ ਜ਼ਿਲ੍ਹਾ? ਜ਼ਿਲ੍ਹਾ ਫਿਰੋਜ਼ਪੁਰ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰਾਣੀ ਵਾਲਾ ਪਿੰਡ? ਉੱਥੋਂ ਤੁਸੀਂ ਉੱਠ ਕੇ ਸਾਰੇ ਇੱਥੇ ਆਏ? ਤੁਹਾਡੇ ਵੱਡੇ ਕੀ ਆਏ? ਤੁਹਾਡੀ ਉਮਰ ਕਿੰਨੀ ਹੈਗੀ? ਮੇਰੀ ਉਮਰ ਹੋਵੇਗੀ 50 ਸਾਲ ਦੇ ਕਰੀਬ। 50 ਸਾਲ? ਸਹੀ ਹੋ ਗਿਆ।
ਤੇ ਇੱਥੇ ਪਹਿਲੇ ਹਿੰਦੂ ਰਹਿੰਦੇ ਸਨ, ਸਿੱਖ ਰਹਿੰਦੇ ਸਨ ਜਾਂ ਕੋਈ ਹੋਰ? ਸਿੱਖ ਰਹਿੰਦੇ। ਕਿਸੇ ਸਿੱਖ ਦਾ ਨਾਂ ਜਾਣਦੇ ਹੋ? ਨਾ, ਸਿੱਖ ਦਾ ਪੈੜੇ ਸਿੰਘ ਵੱਜਦਾ ਸੀ। ਕਿਹੜਾ? ਪੈੜੇ ਸਿੰਘ। ਹਾਂ, ਅੱਛਾ, ਸਰਦਾਰ ਪੈੜੇ ਸਿੰਘ। ਹਾਂ, ਉਹਦੇ ਨਾਲ 95 ਵੱਜਦਾ ਸੀ। 95 ਵੀ ਉਹਦੇ ਨਾਂ ਦਾ ਸੀ। ਠੀਕ ਹੋ ਗਿਆ। ਚਲੋ, ਮਾਸ਼ਾਅੱਲਾ, ਫਸਲਾਂ ਠੀਕ ਹੁੰਦੀਆਂ? ਫਸਲਾਂ ਮਾਸ਼ਾਅੱਲਾ ਬੜੀਆਂ, ਜ਼ਮੀਨ ਬੜੀ ਟਾਈਟ, ਬੜੀ ਪਿਆਰੀ ਬੜੀ ਜ਼ਮੀਨ ਆ। ਕਿਹੜੀ ਫਸਲ ਹੈ ਜਿਹੜੀ ਮੇਨ ਹੁੰਦੀ ਆ ਆਪਣੇ ਇੱਥੇ? ਇੱਥੇ ਹਰ ਫਸਲ ਮੇਨ ਹੁੰਦੀ ਪਈ। ਮੱਕੀ, ਝੋਨਾ, ਆਲੂ, ਕਣਕ। ਅੱਛਾ ਜੀ, ਮੱਕੀ ਵੀ ਹੁੰਦੀ? ਮੱਕੀ ਆ ਜਿਹੜੀ ਅੱਜ ਕੱਲ੍ਹ ਚੱਲਦੇ ਪਏ ਨਾ, ਤਿਲ। ਤਿਲ ਐਤਕੀ ਮਾੜੇ ਹੋਏ ਨੇ, ਅੱਗੇ ਤਾਂ ਹਰ ਸਾਲ ਚੰਗੇ ਹੋ ਜਾਂਦੇ ਨੇ। ਐਤਕੀ ਮਾੜੇ ਹੋਏ ਨੇ। ਸਹੀ ਹੋ ਗਿਆ। ਚਲੋ, ਮਾਸ਼ਾਅੱਲਾ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਨਾਂ ਜਨਾਬ ਦਾ? ਸ਼ੌਕਤ ਬਾਜਵਾ। ਸ਼ੌਕਤ ਬਾਜਵਾ, ਆਪਣਾ ਜਿਹੜਾ ਪਿੰਡ ਹੈ 95EB, ਇਹ 47 ਤੋਂ ਪਹਿਲੇ ਹਿੰਦੂ ਜਾਂ ਸਿੱਖ ਇੱਥੇ ਰਹਿੰਦੇ ਰਹਿਣ? ਇਹ ਨਹੀਂ ਜੀ ਪਤਾ, ਜਦੋਂ ਆਇਆ ਇੱਥੇ ਸੀ ਬਸ। ਤੁਸੀਂ 47 ਵੇਲੇ ਇੱਧਰ ਆਏ? ਹਾਂਜੀ। ਅੱਛਾ ਜੀ, 47 ਵੇਲੇ ਕਿਹੜੇ ਉਧਰੋਂ ਸ਼ਹਿਰਾਂ ਪਿੰਡਾਂ ਦੇ ਵਿੱਚ ਉੱਠ ਕੇ ਆਏ? ਅਸੀਂ ਆਏ ਫਿਰੋਜ਼ਪੁਰ, ਸਾਡਾ ਪਿੰਡ ਸੀ। ਅੱਛਾ ਜੀ, ਅਤੇ ਕਿਹੜੇ ਕਿਹੜੇ ਬਰਾਦਰੀਆਂ ਬੈਠੀਆਂ ਜਿਹੜੀਆਂ ਵੱਡੀਆਂ ਬਰਾਦਰੀਆਂ? ਇੱਥੇ ਸਖੇਰੇ ਬੈਠੇ ਨੇ, ਮੋਹਲ ਬੈਠੇ ਨੇ, ਬੱਜੂ ਬੈਠੇ ਨੇ, ਬਾਜਵੇ ਬੈਠੇ ਨੇ, ਗਦਾਰੇ ਬੈਠੇ ਨੇ, ਮਾਹਲ ਬੈਠੇ ਨੇ। ਇਹ ਸਾਰੇ ਜ਼ਿਮੀਂਦਾਰ ਨੇ? ਜ਼ਿਮੀਂਦਾਰ। ਮਿੱਤਰੋ, ਉਮੀਦ ਕਰਨਾ ਵਾ ਮਹਾਜਰਾਂ ਦਾ ਇਹ ਵਾਲਾ ਪਿੰਡ ਵੀ ਚੰਗਾ ਲੱਗਿਆ ਹੋਵੇਗਾ। ਅਗਰ ਚੰਗਾ ਲੱਗਿਆ ਤੇ ਪਿੰਡ ਦੇ ਬਾਰੇ ਇੱਕ ਕਮੈਂਟ ਲਾਜ਼ਮੀ ਕਰਨਾ ਜੇ, ਕਿਉਂਕਿ ਮੇਰੇ ਵੀਰਾਂ ਦੀ ਰਾਏ ਮੇਰੇ ਵਾਸਤੇ ਬਹੁਤ ਵੱਡੇ ਇਜਾਜ਼ ਦੀ ਗੱਲ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਜੇ, ਤੇ ਹੁਣ ਦਿਓ ਆਪਣੇ ਮਿੱਤਰ ਨੂੰ ਇਜਾਜ਼ਤ। ਮਿਲਾਂਗੇ ਫਿਰ ਕਿਸੇ ਨਵੇਂ ਪਿੰਡ ਦੀ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।